साढ़े छे महीने हो गए ना किन्ना घट गया 48 किलो घटिया 167 सी ना अच्छा थोड़े बहुत किसेंट अच्छा नींद वधिया आ जांदी ਦਿਨ ਚ ਕਿਵੇਂ ਦਿਨ ਚ ਨੀਂਦ ਆਉਂਦੀ ਹੈ ਨਹੀਂ ਨੀਂਦ ਪਹਿਲਾਂ ਪੈਂਦੀ ਸੀ ਸੁਸਤੀ ਦਿਨ ਚ ਜਦੇ ਜੀ 5 ਮਿੰਟ ਦੀ ਬੈਠੇ ਬੈਠੇ ਸੌਂ ਜਾਂਦੇ ਸੀ ਅੱਛਾ ਅੱਛਾ ਇਹ ਸਲੀਪ ਐਪਨੀਆ ਇਹ ਬਿਮਾਰੀ ਹੈ ਜਿਹਦੀ ਗਰਦਨ ਭਾਰੀ ਹੈ ਹਾਂਜੀ ਘਰਾੜੇ ਬਹੁਤ ਜ਼ਿਆਦਾ ਮਾਰਦਾ ਉਹਦੀ ਆਕਸੀਜਨ ਘਟਦੀ ਹੈ ਤੇ ਉਹਦੀ ਪਹਿਚਾਣ ਇਹ ਹੈ ਕਿ ਦਿਨ ਦੇ ਵਿੱਚ ਬੈਠੇ ਬੈਠੇ ਨੀਂਦ ਆ ਜਾਂਦੀ ਹੈ ਗੱਡੀ 'ਚ ਬੈਠਦੇ ਨੀਂਦ ਆ ਜਾਂਦੀ ਉਹ ਪੱਕਾ ਪੱਕਾ ਹੀ ਟੈਸਟ ਹੈ ਇਹਦਾ ਮਤਲਬ ਇਹ ਬੰਦੇ ਰਾਤ ਨੂੰ ਆਕਸੀਜਨ ਘਟ ਲਏ ਗਰਦਨ ਜਦੋਂ ਭਾਰੀ ਹੋਊਗੀ ਅੰਦਰੋਂ ਜਿਹੜਾ ਸਾਹ ਵਾਲਾ ਰਸਤਾ ਉਹ ਤੰਗ ਹੋ ਜਾਂਦਾ ਔਰ ਜਿਹੜੀ ਟੰਗ ਹੈਗੀ ਆ ਜੀਭ ਆ ਉਹ ਹੈਵੀ ਹੋ ਜਾਂਦੀ ਉਹਦੇ ਨਾਲ ਟੰਗ ਫਾਲ ਕਰਦੀ ਆ ਉਹਨੂੰ ਬਲੌਕ ਕਰ ਗੱਲ ਤਾਂ ਕੁਛ ਨਹੀਂ ਹੈ ਬਟ ਇਟਸ ਅ ਬਿਗ ਥਿੰਗ ਜਿਹੜੇ ਘਰਾੜੇ ਮਾਰਦੇ ਆ ਦਿਮਾਗ ਨੂੰ ਆਕਸੀਜਨ ਨਹੀਂ ਮਿਲਦੀ ਪੂਰੀ ਕਿਸੇ ਨੂੰ ਚਾਹੀਦੀ ਤਾਂ 100 ਹੈ ਕਿਸੇ ਨੂੰ 80 ਮਿਲਦੀ ਹੈ ਕਿਸੇ ਨੂੰ 60 ਮਿਲਦੀ ਹੈ ਤੁਹਾਨੂੰ ਕਿੰਨੀ ਸੀ ਯਾਦ 30% ਹੁਣ ਤੁਸੀਂ ਸੋਚੋ ਵੀ ਰਾਤ ਨੂੰ 30% ਉੱਤੇ ਚੱਲਦਾ ਦਿਮਾਗ ਤਾਂ ਦਿਮਾਗ ਨੂੰ ਰੈਸਟ ਨਹੀਂ ਮਿਲਦੀ ਉਹਨੂੰ ਸਜ਼ਾ ਮਿਲੀ ਜਾ ਰਹੀ ਸੁੱਤੇ ਪਏ ਉਹਦੇ ਨਾਲ ਜਿਹੜਾ ਬ੍ਰੇਨ ਆ ਉਹ ਤੁਹਾਡਾ ਥੱਕ ਜਾਂਦਾ ਤੇ ਫਿਰ ਗੱਲਾਂ ਭੁੱਲਣ ਲੱਗ ਜਾਂਗੇ ਬਲੱਡ ਪ੍ਰੈਸ਼ਰ ਵਧਣ ਲੱਗ ਜਾਊਗਾ ਹੋਰ ਚੀਜ਼ਾਂ ਜਿਹੜੀਆਂ ਦਿਮਾਗ ਦਾ ਵੀਅਰ ਐਂਡ ਟੀਅਰ ਆ ਜਿਹੜਾ ਉਹ ਸ਼ੁਰੂ ਹੋ ਜਾਂਦਾ ਜੇ ਆਪਾਂ ਨੂੰ ਨੀਂਦ ਅੱਛੀ ਆ ਰਹੀ ਆ ਇਹਦਾ ਮਤਲਬ ਆ ਕਿ ਦਿਮਾਗ ਤੁਹਾਡੇ ਫਰੈਸ਼ ਉੱਠੋਗੇ ਬਿਲਕੁਲ ਅੱਧੇ ਨੇ ਵੀ ਐਨ ਫਰੈਸ਼ ਰਹੋਗੇ ਤੁਸੀਂ